ਅਸ਼ਰ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਸਕਦੇ ਨੇ ਸੁਖਬੀਰ ਸਿੰਘ ਬਾਦਲ। ਬਾਗੀ ਧੜੇ ਦੀ ਸ਼ਿਕਾਇਤ ਤੇ ਜਥੇਦਾਰ ਰਘਬੀਰ ਸਿੰਘ ਨੇ ਕੀਤਾ ਸੀ ਤਲਬ। ਬਾਗੀ ਧੜੇ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਾ ਕਰਨ ਦਾ ਲਗਾਇਆ ਇਸ ਇਲਜ਼ਾਮ। ਸਰਹੱਦੀ ਜ਼ਿਲ੍ਹੇ ਪਠਾਨਕੋਟ 'ਚ ਮੁੜ ਵੇਖੇ ਗਏ ਸ਼ੱਕੀ ਪਿੰਡ ਫੰਗ ਤੋਲੀ ਨੇੜੇ ਸੱਤ ਸ਼ੱਕੀ ਦਿਖਣ ਦੀ ਖ਼ਬਰ। ਸੁਰੱਖਿਆ ਏਜੰਸੀਆਂ ਵੱਲੋਂ ਅਲਰਟ ਜਾਰੀ, ਨੇੜਲੇ ਪਿੰਡਾਂ 'ਚ ਵੀ ਚਲਾਇਆ ਗਿਆ ਸਰਚ ਆਪਰੇਸ਼ਨ। ਜੰਮੂ ਕਸ਼ਮੀਰ ਦੇ ਕੁਪਵਾੜਾ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਵਿਚਾਲੇ ਮੁੱਠਭੇੜ, ਇੱਕ ਅੱਤਵਾਦੀ ਢੇਰ, ਸੈਨਾ ਦਾ ਇੱਕ ਆਫਿਸਰ ਵੀ ਹੋਇਆ ਜ਼ਖਮੀ। ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਸਰਹੱਦੀ ਪਿੰਡਾਂ ਦੇ ਦੌਰੇ ਦਾ ਅੱਜ ਦੂਜਾ ਦਿਨ। ਅੰਮ੍ਰਿਤਸਰ 'ਚ ਬਾਰਡਰ ਨਾਲ ਲੱਗਦੇ ਪਿੰਡਾਂ ਦਾ ਲੈਣਗੇ ਜਾਇਜ਼ਾ, ਦੁਪਹਿਰ 'ਚ ਮੀਡੀਆ ਨਾਲ ਵੀ ਕਰਨਗੇ ਗੱਲਬਾਤ। ਲੋਕ ਸਭਾ 'ਚ ਅੱਜ ਬਜਟ ਤੇ ਹੋਵੇਗੀ ਚਰਚਾ। ਵਿਰੋਧੀ ਧਿਰਾਂ ਬਜਟ ਨੂੰ ਦੱਸ ਰਹੀਆਂ ਪੱਖਪਾਤੀ ਤੇ ਖੋਖਲਾ। ਸਦਨ 'ਚ ਹੰਗਾਮਾ ਹੋਣ ਦੇ ਆਸਾਰ। ਇੰਡੀਆ ਗਠਜੋੜ ਅੱਜ ਸੰਸਦ ਦੇ ਬਾਹਰ ਕਰੇਗਾ ਪ੍ਰਦਰਸ਼ਨ। ਸਵੇਰੇ 10:30 ਵਿਰੋਧ ਦਰਜ ਕਰਵਾਏਗਾ ਇੰਡੀਆ ਬਲਾਕ। ਅੱਜ ਰਾਹੁਲ ਗਾਂਧੀ ਨੂੰ ਮਿਲ ਸਕਦਾ ਹੈ ਕਿਸਾਨਾਂ ਦਾ ਵਫ਼ਦ। ਦੁਪਹਿਰੇ 12:00 ਪਾਰਲੀਮੈਂਟ 'ਚ ਹੋ ਸਕਦੀ ਹੈ ਬੈਠਕ। MSP ਸਣੇ ਹੋਰ ਮੰਗਾਂ ਤੇ ਪ੍ਰਾਈਵੇਟ ਬਿੱਲ ਲਿਆਉਣ ਦੀ ਕਰਨਗੇ ਮੰਗ। ਯੂਐਸ ਰਾਸ਼ਟਰਪਤੀ ਜੋ ਬਾਈਡਨ ਦੇ ਅਚਾਨਕ ਗਾਇਬ ਹੋਣ ਦੀਆਂ ਅਫਵਾਹਾਂ ਤੇ ਲੱਗਿਆ ਵਿਰਾਮ। ਕਰੀਬ 5 ਦਿਨਾਂ ਬਾਅਦ ਜਨਤਕ ਤੌਰ ਤੇ ਦੇਖੇ ਬਾਈਡਨ। ਵਿਰੋਧੀ ਮੰਗ ਰਹੇ ਸਨ ਜ਼ਿੰਦਾ ਹੋਣ ਦੇ ਸਬੂਤ। ਟਰੰਪ ਦੇ ਹਮਲੇ ਤੋਂ ਬਾਅਦ US ਸੀਕ੍ਰੇਟ ਸਰਵਿਸ ਡਾਇਰੈਕਟਰ ਦਾ ਅਸਤੀਫਾ। ਟਰੰਪ ਦੀ ਸੁਰੱਖਿਆ 'ਚ ਕੁਤਾਹੀ ਦੀ ਲਈ ਸੀ ਜ਼ਿੰਮੇਵਾਰੀ। 13 ਜੁਲਾਈ ਨੂੰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੇ ਹੋਇਆ ਸੀ ਜਾਨਲੇਵਾ ਹਮਲਾ। ਜੰਮੂ ਬਾਰਡਰ ਨੂੰ ਲੈ ਕੇ ਅੱਜ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ। ਹਰਿਆਣਾ ਸਰਕਾਰ ਨੇ ਹਾਈਕੋਰਟ ਦੇ ਹੁਕਮ ਨੂੰ ਦਿੱਤੀ ਹੋਈ ਹੈ ਚੁਣੌਤੀ। ਹਾਈਕੋਰਟ ਨੇ ਬਾਰਡਰ ਖੋਲ੍ਹਣ ਦਾ ਦਿੱਤਾ ਹੈ ਹੁਕਮ। ਕਿਸਾਨੀ ਅੰਦੋਲਨ ਕਰਕੇ ਬੰਦ ਹੈ ਬਾਰਡਰ। ਅੱਜ ਲੰਡਨ ਤੋਂ ਚੱਲੇਗੀ ਸਰਕਾਰ, ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ CM ਮਾਨ। ਕੱਲ੍ਹ ਵੀ ਜਲੰਧਰ 'ਚ ਰਹਿਣਗੇ CM। ਹਫ਼ਤੇ 'ਚ 2 ਦਿਨ ਜਲੰਧਰ 'ਚ ਰਹਿਣ ਦਾ CM ਨੇ ਕੀਤਾ ਸੀ ਵਾਅਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ, ਨਿਊਜ਼ 18 ਪੰਜਾਬ। ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਬੁਲੇਟਿਨ ਦੀ ਸ਼ੁਰੂਆਤ ਇੱਕ ਬੇਹੱਦ ਹੀ ਅਹਿਮ ਤੇ ਵੱਡੀ ਖਬਰ ਨਾਲ ਕਰਨ ਜਾ ਰਹੇ ਹਾਂ। ਦੱਸ ਕੇ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ। ਸੋਰਸਿਸ ਦੇ ਹਵਾਲੇ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਰਹੇ, ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਹੋਇਆ ਹੈ। ਦੱਸ ਕੇ ਬਾਗੀ ਧੜੇ ਦੀ ਸ਼ਿਕਾਇਤ ਤੇ ਆ ਤਲਬ ਕੀਤਾ ਗਿਆ ਸੀ। 15 ਦਿਨਾਂ 'ਚ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੇ ਹੁਕਮ ਜੋ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਦਿੱਤੇ ਗਏ ਸੀ। ਕਾਬਲੇ ਗੌਰ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ 'ਚ ਬਗਾਵਤ ਲਗਾਤਾਰ ਜਾਰੀ ਹੈ। 25 ਜੂਨ ਨੂੰ ਬਾਗੀ ਧੜੇ ਦੇ ਵੱਲੋਂ ਆਪੂਰੀ ਜੋ ਮੀਟਿੰਗ ਕੀਤੀ ਗਈ ਸੀ, ਉਸ ਤੋਂ ਬਾਅਦ 3 ਮਤੇ ਉਸ ਮੀਟਿੰਗ 'ਚ ਪਾਏ ਗਏ ਸੀ। ਪਹਿਲਾ ਮਤਾ ਸੀ ਕਿ 1 ਜੁਲਾਈ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਜਾਏਗੀ ਤੇ ਮੁਆਫ਼ੀਨਾਮਾ ਦਿੱਤਾ ਜਾਏਗਾ। ਤੇ 1 ਜੁਲਾਈ ਨੂੰ ਬਾਗੀ ਧੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਥੇ ਪਹੁੰਚਿਆ ਸੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਉਹ ਮੁਆਫ਼ੀਨਾਮਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਸੀ। 4 ਅਹਿਮ ਗੱਲਾਂ ਦਾ ਜ਼ਿਕਰ ਇਸ ਜੋ ਹੈ ਮੁਆਫ਼ੀਨਾਮੇ 'ਚ ਕੀਤਾ ਗਿਆ ਸੀ। ਪਹਿਲਾ 2007 'ਚ ਜੋ ਡੇਰਾ ਮੁਖੀ ਦੇ ਵੱਲੋਂ ਸਵਾਂਗ ਰਚਿਆ ਗਿਆ ਸੀ ਉਸਦਾ ਜ਼ਿਕਰ ਕੀਤਾ ਗਿਆ ਸੀ, ਉਸ ਪੂਰੇ ਮੁੱਦੇ ਤੇ ਮੁਆਫ਼ੀ ਕਿਉਂ ਦਿੱਤੀ ਗਈ। ਦੂਸਰੀ ਗੱਲ ਦਾ ਅਹਿਮ ਜ਼ਿਕਰ ਸੀ ਕਿ ਇਸ ਪੂਰੇ ਮਾਮਲੇ 'ਚ ਜੋ FIR ਦਰਜ ਕਰਵਾਈ ਗਈ ਸੀ ਉਹ ਵਾਪਸ ਕਿਉਂ ਲਈ ਗਈ। ਤੀਜੀ ਅਹਿਮ ਗੱਲ ਦਾ ਜ਼ਿਕਰ ਸੀ ਕਿ 2015 'ਚ ਜੋ ਬੇਅਦਬੀ ਪੂਰਾ ਵਾਪਰੀ ਸੀ ਉਸ ਤੇ ਸਹੀ ਸਮੇਂ ਤੇ ਜਾਂਚ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ। ਚੌਥੀ ਅਹਿਮ ਗੱਲ ਸੀ ਕਿ ਸੁਮੇਧ ਸੈਣੀ ਨੂੰ ਉਸ ਟਾਈਮ ਜੋ DGP ਲਗਾਇਆ ਸੀ ਉਸ ਟਾਈਮ ਕਿਉਂ ਲਗਾਇਆ ਸੀ। ਇਹਨਾਂ 4 ਅਹਿਮ ਗੱਲਾਂ ਦਾ ਜ਼ਿਕਰ ਜੋ ਹੈ ਉਹ ਕੀਤਾ ਗਿਆ ਸੀ। ਬਾਅਦ 'ਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ 15 ਦਿਨਾਂ ਦੇ ਅੰਦਰ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਹੋਣ ਦੇ ਹੁਕਮ ਜੋ ਨੇ ਉਹ ਦਿੱਤੇ ਸੀ ਤੇ ਲਿਖਤੀ ਸਪਸ਼ਟੀਕਰਨ ਵੀ ਉਹਨਾਂ ਤੋਂ ਮੰਗਿਆ ਗਿਆ ਹੈ। ਹਾਲਾਂਕਿ ਸੁਖਬੀਰ ਸਿੰਘ ਬਾਦਲ ਦਾ ਇੱਕਦਮ ਹੀ ਜੋ ਟਵੀਟ ਵੀ ਸਾਹਮਣੇ ਆਇਆ ਸੀ, ਉਹਨਾਂ ਨੇ ਕਿਹਾ ਸੀ ਕਿ ਉਹ ਨਿਮਾਣੇ ਸਿੱਖ ਦੇ ਤੌਰ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਪੇਸ਼ ਹੋਣਗੇ ਤੇ ਹੁਣ
ਸੁਰਸਿੱਧ ਵੱਲ ਤੋਂ ਵੱਡੀ ਖਬਰ ਦਾ ਜ਼ਿਕਰ ਕਰੇ ਸ਼੍ਰੀ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋ ਸਕਦੇ ਨੇ ਸੁਖਬੀਰ ਸਿੰਘ ਬਾਦਲ। ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਹੋਇਆ ਹੈ, ਬਾਗੀ ਧੜੇ ਦੀ ਸ਼ਿਕਾਇਤ ਤੇ ਆ ਤਲਬ ਕੀਤਾ ਗਿਆ ਹੈ। 15 ਦਿਨਾਂ 'ਚ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੇ ਹੁਕਮ ਜੁੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਵੱਲੋਂ ਦਿੱਤੇ ਗਏ ਸੀ। ਜ਼ਿਕਰਯੋਗ ਹੈ ਕਿ ਕੱਲ੍ਹ ਹੀ ਜੋ ਕੋਰ ਕਮੇਟੀ ਹੈ ਅਕਾਲੀ ਦਲ ਦੀ, ਉਸ ਨੂੰ ਵੀ ਭੰਗ ਕੀਤਾ ਗਿਆ ਸੀ। ਕੱਲ੍ਹ ਦੇਰ ਸ਼ਾਮ ਟਵੀਟ ਕਰਕੇ ਇਸ ਬਾਬਤ ਜੋ ਹੈ ਜਾਣਕਾਰੀ ਦਿੱਤੀ ਗਈ ਸੀ। ਇਸ ਵਿਚਾਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋ ਸਕਦੇ ਨੇ ਸੁਖਬੀਰ ਸਿੰਘ ਬਾਦਲ। ਦੱਸ ਦਈਏ ਕਿ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਹੋਇਆ ਹੈ। ਮੇਰੇ ਨਾਲ ਮੇਰੇ ਸਹਿਯੋਗੀ ਪੰਕਜ ਕਪਾਹੀ ਲਾਈਵ ਜੁੜੇ ਹੋਏ ਨੇ। ਪੰਕਜ, ਜਾਣਨਾ ਚਾਹਾਂਗੇ ਕਿ ਅੱਜ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਪੇਸ਼ ਹੋ ਸਕਦੇ ਨੇ। ਸਪਸ਼ਟੀਕਰਨ ਦੇਣ ਨੂੰ ਕਿਹਾ ਗਿਆ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਤਾਂ ਉਸ ਵੇਲੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਸੀ ਕਿ ਮੈਂ ਨਿਮਾਣਾ ਸਿੱਖ ਹੋ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਊਂਗਾ, ਉੱਥੇ ਜਿਹੜਾ ਵੈ ਨਤਮਸਤਕ ਹੋਊਂਗਾ। ਔਰ ਹੁਣ ਕਿਉਂਕਿ ਕੱਲ੍ਹ ਅਕਾਲੀ ਦਲ ਦੀ ਕੋਰ ਕਮੇਟੀ ਜਿਹੜੀ ਆ ਉਸ ਨੂੰ ਭੰਗ ਕਰ ਦਿੱਤਾ ਗਿਆ, ਔਰ ਇਸ ਵੇਲੇ ਜਿਹੜੇ ਨਿਊਜ਼ 18 ਦੇ ਸੋਰਸਿਸ ਜਾਣਕਾਰੀ ਦੇ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਸਕਦੇ ਨੇ। ਹਾਲਾਂਕਿ ਉਹਨਾਂ ਦੇ ਜਿਹੜੇ ਸਾਥੀ ਨੇ, ਜਿਹੜੇ ਉਹਨਾਂ ਦੇ ਨਾਲ ਹੁੰਦੇ ਨੇ, ਉਹਨਾਂ ਨਾਲ ਜਦੋਂ ਅਸੀਂ ਸੰਪਰਕ ਸਾਧਿਆ, ਉਹਨਾਂ ਨੂੰ ਇਹ ਪੁੱਛਿਆ ਕਿ ਕੀ ਸੁਖਬੀਰ ਸਿੰਘ ਬਾਦਲ ਅੱਜ ਪੇਸ਼ ਹੋ ਰਹੇ ਨੇ, ਤਾਂ ਉਹਨਾਂ ਦਾ ਨਾ ਕੋਈ ਹਾਂ ਪੱਖੀ ਜਵਾਬ ਆਇਆ, ਨਾ ਹੀ ਕੋਈ ਨਾ ਪੱਖੀ ਜਵਾਬ ਆਇਆ। ਉਹਨਾਂ ਨੇ ਕੋਈ ਵੀ ਇਸ ਬਾਬਤ ਜਵਾਬ ਨਹੀਂ ਦਿੱਤਾ। ਉਹ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਫਿਲਹਾਲ ਮੀਟਿੰਗ ਦੇ ਵਿੱਚ ਆ, ਔਰ ਅਜੇ ਇਸ ਬਾਬਤ ਕੋਈ ਜਾਣਕਾਰੀ ਅਸੀਂ ਨਹੀਂ ਦੇ ਸਕਦੇ। ਲੇਕਿਨ ਜਿਹੜੇ ਸੋਰਸਿਸ ਜਾਣਕਾਰੀ ਦੇ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਨਤਮਸਤਕ ਹੋ ਸਕਦੇ ਨੇ, ਉੱਥੇ ਪੇਸ਼ ਹੋ ਸਕਦੇ ਨੇ, ਔਰ ਜੇ ਕੋਈ ਪਲਾਨ ਬਦਲਿਆ ਤਾਂ ਫਿਰ ਇੱਕ ਅੱਧੇ ਦਿਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਾਣਗੇ, ਕਿਉਂਕਿ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ 15 ਦਿਨ ਦੇ ਅੰਦਰ ਅੰਦਰ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸਪਸ਼ਟੀਕਰਨ ਦੇਣ ਨੂੰ ਕਿਹਾ ਵੈ, ਉਹ ਨਿਮਾਣਾ ਸਿੱਖ ਹੋ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਣਗੇ, ਨਤਮਸਤਕ ਹੋਣਗੇ। ਔਰ ਹੁਣ ਜਿਹੜਾ ਪਲਾਨ ਥੋੜ੍ਹੀ ਦੇਰ ਪਹਿਲਾਂ ਤੱਕ ਦਾ ਇਹ ਸੀਗਾ ਕਿ ਸੁਖਬੀਰ ਸਿੰਘ ਬਾਦਲ ਅੱਜ ਹੀ ਪੇਸ਼ ਹੋਣਗੇ, ਹਾਲਾਂਕਿ ਓਫੀਸ਼ੀਅਲ ਕਨਫਰਮੇਸ਼ਨ ਦਾ ਇੰਤਜ਼ਾਰ ਹੈ ਅਜੇ। ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਹੁੰਦੇ ਨੇ, ਜਿਹੜੇ ਉਹਨਾਂ ਦੇ ਐਡਵਾਈਜ਼ਰ ਹੁੰਦੇ ਨੇ, ਉਹਨਾਂ ਨੇ ਇਸ ਬਾਬਤ ਕਨਫਰਮੇਸ਼ਨ ਨਹੀਂ ਦਿੱਤੀ, ਲੇਕਿਨ ਨਾ ਵੀ ਨਹੀਂ ਕੀਤੀ। ਉਹ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਅਸੀਂ ਮੀਟਿੰਗ ਦੇ ਵਿੱਚ ਹਾਂ, ਅਸੀਂ ਇਸ ਬਾਬਤ ਅਜੇ ਕੋਈ ਜਾਣਕਾਰੀ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦੇ, ਜਿਹੜਾ ਇਹ ਗੱਲ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਮਣੇ ਪੇਸ਼ ਹੋ ਸਕਦੇ ਨੇ, ਆਪਣਾ ਸਪਸ਼ਟੀਕਰਨ ਉਹਨਾਂ ਦੇ ਸਾਹਮਣੇ ਰੱਖ ਸਕਦੇ ਨੇ। ਲੇਕਿਨ ਕਨਫਰਮੇਸ਼ਨ ਦਾ ਅਜੇ ਵੀ ਆਫੀਸ਼ੀਅਲ ਜ਼ਿਕਰ ਕਰੀਏ ਤੇ ਕੋਰ ਕਮੇਟੀ ਨੂੰ ਵੀ ਭੰਗ ਕੀਤਾ ਗਿਆ ਹੈ, ਤੇ ਅੱਜ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਪੇਸ਼ ਹੋ ਸਕਦੇ ਨੇ। ਇਹਨਾਂ ਦੋਨਾਂ ਗੱਲਾਂ ਦਾ ਕੋਈ ਕੋਰ ਰਿਲੇਸ਼ਨ ਨਿਕਲ ਸਕਦਾ ਹੈ? ਦੇਖੋ, ਇਸ ਨੂੰ ਪੂਰੇ ਘਟਨਾਕ੍ਰਮ ਨੂੰ ਸਮਝਣ ਦੀ ਲੋੜ ਹੈ। ਅਕਾਲੀ ਦਲ ਦੇ ਅੰਦਰ ਜਿਹੜੇ ਕੋਰ ਕਮੇਟੀ ਦੇ ਮੈਂਬਰ ਨੇ, ਚਾਹੇ ਪ੍ਰੇਮ ਸਿੰਘ ਚੰਦੂਮਾਜਰਾ ਹੋਣ ਜਾਂ ਫਿਰ ਹੋਰ ਜਿਹੜੇ ਮੈਂਬਰ ਹੋਣ, ਉਹਨਾਂ ਨੇ ਕਿਤੇ ਨਾ ਕਿਤੇ ਬਗਾਵਤ ਕੀਤੀ। ਉਹਨਾਂ ਨੇ ਸਵਾਲ ਚੁੱਕੇ, ਉਹਨਾਂ ਨੇ ਇਹ ਕਿਹਾ ਕਿ ਝੁੰਦਾ ਕਮੇਟੀ ਦੀ ਸਿਫਾਰਿਸ਼ ਸੀਗੀ ਕਿ ਪ੍ਰਧਾਨ ਬਦਲ ਦਿੱਤਾ ਜਾਵੇ, ਲੇਕਿਨ ਝੁੰਦਾ ਕਮੇਟੀ ਦੀ ਸਿਫਾਰਿਸ਼ ਸੀਗੀ ਕਿ ਪੂਰੀ ਲੀਡਰਸ਼ਿਪ ਨੂੰ ਬਦਲਣਾ ਚਾਹੀਦਾ ਵੈ। ਉਸ ਪੂਰੀ ਲੀਡਰਸ਼ਿਪ ਦੇ ਵਿੱਚ ਕੋਰ ਕਮੇਟੀ ਦੇ ਮੈਂਬਰ ਵੀ ਆਉਂਦੇ ਨੇ, ਤਾਂ ਕਿਤੇ ਨਾ ਕਿਤੇ ਜਿਹੜਾ ਪਹਿਲਾ ਸਟੈਪ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਚੁੱਕਿਆ ਗਿਆ, ਉਹ ਪਹਿਲਾਂ ਕੋਰ ਕਮੇਟੀ ਭੰਗ ਕਰ ਦਿੱਤੀ ਗਈ। ਉਸ ਕੋਰ ਕਮੇਟੀ ਦੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਵੀ ਨੇ, ਉਸ ਕੋਰ ਕਮੇਟੀ ਦੇ ਵਿੱਚ ਬਾਕੀ ਧੜੇ ਦੇ ਹੋਰ ਸਾਰੇ ਕਈ ਸਾਰੇ ਲੀਡਰ ਨੇ ਜਿਨ੍ਹਾਂ ਨੇ ਆਪਣਾ ਝੰਡਾ ਜਿਹੜਾ ਉਹ ਇਸ ਵੇਲੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚੁੱਕਿਆ ਹੋਇਆ ਵੈ। ਤਾਂ ਅਜਿਹੇ 'ਚ ਕੋਰ ਕਮੇਟੀ ਭੰਗ ਕਰਨ ਦੀਆਂ ਦੋ ਗੱਲਾਂ ਨੇ। ਪਹਿਲੀ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਜੇਕਰ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਹੈ ਤਾਂ ਉਹ ਪਹਿਲਾਂ ਕੋਰ ਕਮੇਟੀ ਤੋਂ ਬਾਹਰ ਕਰਨਾ ਹੋਏਗਾ, ਤਾਂ ਕੋਰ ਕਮੇਟੀ ਬਾਹਰ ਕਰ ਦਿੱਤੀ ਹੈ। ਹੁਣ ਸਾਰੀਆਂ ਪਾਵਰਾਂ ਜਿਹੜੀਆਂ ਨੇ ਉਹ ਸੁਖਬੀਰ ਸਿੰਘ ਬਾਦਲ ਦੇ ਕੋਲ ਨੇ, ਔਰ ਇਸ ਕੋਰ ਕਮੇਟੀ ਭੰਗ ਕਰਨ ਤੋਂ ਬਾਅਦ
ਜਿਹੜੇ ਬਾਗੀ ਧੜੇ ਨੇ ਉਹਨਾਂ ਨੇ ਇਸ ਗੱਲ ਤੇ ਵੀ ਸਵਾਲ ਚੁੱਕੇ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਸ ਤਰੀਕੇ ਦਾ ਫੈਸਲਾ ਡਿਕਟੇਟਰਸ਼ਿਪ ਦਰਸਾਉਂਦਾ ਹੈ। ਇਸ ਤਰੀਕੇ ਦੇ ਫੈਸਲਿਆਂ ਦੇ ਅਸੀਂ ਖਿਲਾਫ ਹੀ ਆਵਾਜ਼ ਚੁੱਕ ਰਹੇ ਸੀਗੇ। ਦੂਜਾ ਇਹ ਹੈ ਕਿ ਹੁਣ ਜੇਕਰ ਅੱਜ ਸੁਖਬੀਰ ਸਿੰਘ ਬਾਦਲ ਜਿਹੜੀਆਂ ਚਰਚਾਵਾਂ ਨੇ, ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ, ਜਿਹੜੇ ਸਾਡੇ ਸੋਰਸਿਸ ਦੇ ਰਹੇ ਨੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਆਪਣਾ ਸਪਸ਼ਟੀਕਰਨ ਦੇਣਗੇ, ਇੱਕ ਚਿੱਠੀ ਜਿਹੜੀ ਹੈ, ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਤਿਆਰ ਕੀਤੀ ਹੈ। ਉਹਨਾਂ ਨੇ ਵੀ ਕਈ ਸਾਰੇ ਆਪਣਾ ਜਿਹੜੇ ਵੇਰਵੇ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਉਸ ਚਿੱਠੀ ਦੇ ਵਿੱਚ ਲਿਖੀਆਂ ਹੋਈਆਂ ਨੇ। ਤਾਂ ਇਹ ਹੁਣ ਥੋੜ੍ਹੀ ਦੇਰ ਇੰਤਜ਼ਾਰ ਕਰਾਂਗੇ ਡਾਕਟਰ ਚੀਮਾ ਹੋਰਾਂ ਦਾ ਜਾਂ ਫਿਰ ਅਸ਼ਦੀਪ ਕਲੇਵਰ ਹੋਰਾਂ ਦਾ ਕਿ ਇਸੇ ਕਨਫਰਮੇਸ਼ਨ ਦੇਣ। ਹਾਲਾਂਕਿ ਉਹ ਮੀਟਿੰਗ 'ਚ ਹੋਣ ਦਾ ਦਾਅਵਾ ਜਿਹੜਾ ਵੈ ਉਹ ਕਰਦੇ ਹੋਏ ਨਜ਼ਰ ਆਏ ਨੇ। ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਪੰਕਜ, ਸਾਨੂੰ ਤਮਾਮ ਜਾਣਕਾਰੀ ਦੇਣ ਲਈ। ਹਾਲਾਂਕਿ ਆਫੀਸ਼ੀਅਲ ਕਨਫਰਮੇਸ਼ਨ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਸਾਹਮਣੇ ਕਿ ਸੁਖਬੀਰ ਸਿੰਘ ਬਾਦਲ ਪੇਸ਼ ਹੋਣਗੇ ਕਿ ਨਹੀਂ ਹੋਣਗੇ। ਹਾਲਾਂਕਿ ਨਾ ਵੀ ਨਹੀਂ ਕੀਤੀ ਗਈ, ਪਰ ਸੋਰਸਿਸ ਦੇ ਵੱਲ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਕਿ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਜੋ ਸਾਹਮਣੇ ਨੇ ਉਹ ਪੇਸ਼ ਹੋ ਸਕਦੇ ਨੇ ਤੇ ਆਪਣਾ ਲਿਖਤੀ ਜੋ ਸਪਸ਼ਟੀਕਰਨ ਹੈ ਉਹ ਵੀ ਜਥੇਦਾਰ ਸਾਹਿਬ ਨੂੰ ਜੋ ਹੈ ਦਿੱਤਾ ਜਾ ਸਕਦਾ ਹੈ। ਤੇ ਅਕਾਲੀ ਦਲ 'ਚ ਬਗਾਵਤ ਲਗਾਤਾਰ ਜਾਰੀ ਹੈ। ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ 'ਚ ਹੀ ਆ ਜੋ ਮੀਟਿੰਗ ਹੈ 25 ਜੂਨ ਨੂੰ ਕੀਤੀ ਗਈ ਸੀ, ਜੋ ਬੀਬੀ ਜਗੀਰ ਕੌਰ ਨੇ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਰੱਖੜਾ, ਤਮਾਮ ਜੋ ਸੀਨੀਅਰ ਟਕਸਾਲੀ ਆਗੂ ਨੇ ਉਹਨਾਂ ਦੇ ਵੱਲੋਂ ਮਤੇ ਪਾਏ ਗਏ ਸੀ। ਹਾਲਾਂਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਉਤਾਰਨ ਦਾ ਅਹਿਮ ਜੋ ਮਤਾ ਹੈ ਉਹ ਵੀ ਉਸ ਮੀਟਿੰਗ 'ਚ ਪਾਇਆ ਗਿਆ ਸੀ। ਪਰ ਇਸ ਦੇ ਵਿਚਾਲੇ ਜੇ ਅਸੀਂ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੇ ਧੜੇ ਦੀ, ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਤਮਾਮ ਜਿੰਨੇ ਵੀ ਆਗੂ ਨੇ ਉਹਨਾਂ ਨੂੰ ਪੂਰਾ ਭਰੋਸਾ ਹੈ ਤੇ ਸਭ ਤੋਂ ਪਹਿਲਾਂ ਜੋ ਕੰਮ ਕੱਲ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜੋ ਹੈ ਕੋਰ ਕਮੇਟੀ ਨੂੰ ਭੰਗ ਕੀਤਾ ਗਿਆ। ਹਾਲਾਂਕਿ ਜੋ ਵਿਰੋਧੀ ਨੇ ਇਸ ਦੇ ਕਈ ਜੋ ਮਾਇਨੇ ਉਹਨਾਂ ਦੇ ਵੱਲੋਂ ਕੱਢੇ ਜਾ ਰਹੇ ਨੇ, ਕਿਉਂਕਿ ਸੁਰਜੀਤ ਸਿੰਘ ਰੱਖੜਾ ਦੀ ਗੱਲ ਕਰੀਏ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਪ੍ਰੇਮ ਸਿੰਘ ਚੰਦੂਮਾਜਰਾ ਕੋਰ ਕਮੇਟੀ ਦੇ ਮੈਂਬਰ ਸੀ। ਅੱਜ ਕੀ ਦੱਸ ਦਈਏ ਕਿ ਇਸ ਦੇ ਵਿਚਾਲੇ ਖਬਰਾਂ ਨੇ ਕਿ ਅੱਜ ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸਾਹਮਣੇ ਪੇਸ਼ ਹੋ ਸਕਦੇ ਨੇ, ਜੋ ਮੁਆਫ਼ੀਨਾਮਾ ਬਾਗੀ ਧੜੇ ਦੇ ਵੱਲੋਂ ਦਿੱਤਾ ਗਿਆ ਸੀਗਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ, ਉਸ ਦੇ ਬਾਬਤ ਹੀ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਸੀ। ਹਾਲਾਂਕਿ ਸੁਖਬੀਰ ਸਿੰਘ ਬਾਦਲ ਦਾ ਆ ਕਹਿਣਾ ਸੀ ਕਿ ਉਹ ਨਿਮਾਣੇ ਸਿੱਖ ਦੇ ਵਾਂਗੂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਤਲਬ ਜਿਹਨੇ ਉਹ ਪੇਸ਼ ਹੋਣ। ਅੱਗੇ ਵਧਾਂਗੇ, ਗੱਲ ਕਰਾਂਗੇ ਕਿਸਾਨਾਂ ਦੀ। ਅੱਜ ਕਿਸਾਨਾਂ ਦੀ ਰਾਹੁਲ ਗਾਂਧੀ ਦੇ ਨਾਲ ਅਹਿਮ ਮੀਟਿੰਗ ਹੋ ਸਕਦੀ ਹੈ। ਦੱਸ ਦੇ ਕਿ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਦਾ ਵਫਦ ਰਾਹੁਲ ਗਾਂਧੀ ਨੂੰ ਮੁਲਾਕਾਤ ਕਰੇਗਾ, ਰਾਹੁਲ ਗਾਂਧੀ ਨੂੰ ਮਿਲੇਗਾ। 12 ਵਜੇ ਪਾਰਲੀਮੈਂਟ 'ਚ ਆ ਬੈਠਕ ਹੈ। ਦੱਸ ਦੇ ਕਿ MSP ਸਣੇ ਕੋਰ ਮੰਗਾਂ ਤੇ ਪ੍ਰਾਈਵੇਟ ਬਿੱਲ ਲਿਆਉਣ ਦੀ ਜੋ ਮੰਗ ਹੈ ਕਿਸਾਨਾਂ ਦੇ ਵੱਲੋਂ ਕੀਤੀ ਜਾਏਗੀ। ਅੱਜ ਕਿਸਾਨਾਂ ਦੀ ਰਾਹੁਲ ਗਾਂਧੀ ਨਾਲ ਮੀਟਿੰਗ ਹੋ ਸਕਦੀ ਹੈ। ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਦਾ ਵਫਦ ਹੈ, ਇੱਕ ਡੈਲੀਗੇਸ਼ਨ ਹੈ। ਰਾਹੁਲ ਗਾਂਧੀ ਜੋ ਲੀਡਰ ਆਫ ਆਪੋਜੀਸ਼ਨ ਨੇ ਉਹਨਾਂ ਨਾਲ ਪਾਰਲੀਮੈਂਟ 'ਚ ਹੀ ਮੁਲਾਕਾਤ ਕੀਤੀ ਜਾਏਗੀ। 12 ਵਜੇ ਪਾਰਲੀਮੈਂਟ 'ਚ ਆ ਬੈਠਕ ਹੋਣ ਜਾ ਰਹੀ ਹੈ। MSP ਸਣੇ ਹੋਰ ਮੰਗਾਂ ਤੇ ਪ੍ਰਾਈਵੇਟ ਬਿੱਲ ਲਿਆਉਣ ਦੀ ਚਰਚਾ ਜੋ ਹੈ ਉਹ ਕੀਤੀ ਜਾਏਗੀ, ਮੰਗ ਜੋ ਹੈ ਕਿਸਾਨ ਆਗੂਆਂ ਦੇ ਵੱਲੋਂ ਕੀਤੀ ਜਾਏਗੀ। ਜ਼ਿਕਰਯੋਗ ਹੈ ਕਿ 13 ਫਰਵਰੀ ਤੋਂ ਹੀ ਜੋ ਤਮਾਮ ਕਿਸਾਨ ਨੇ ਉਹਨਾਂ ਦੇ ਵੱਲੋਂ ਮੋਰਚਾ ਲਗਾਇਆ ਗਿਆ। ਹਾਲਾਂਕਿ ਦਿੱਲੀ ਕੂਚ ਦਾ ਐਲਾਨ 13 ਫਰਵਰੀ ਨੂੰ ਕੀਤਾ ਗਿਆ ਸੀ, ਪਰ ਹਰਿਆਣਾ ਗਵਰਨਮੈਂਟ ਦੇ ਵੱਲੋਂ ਤਮਾਮ ਦੇ ਪੁਖਤਾ ਇੰਤਜ਼ਾਮਾਂ ਕੀਤੇ ਗਏ ਸੀ। ਬੈਰੀਕੇਡਿੰਗ 7 ਲੇਅਰ ਬੈਰੀਕੇਡਿੰਗ ਕਰ ਦਿੱਤੀ ਗਈ, ਕਿਸਾਨ ਅੱਗੇ ਨਹੀਂ ਵੱਧ ਸਕੇ। ਇਸ ਵਿਚਾਲੇ ਸ਼ੰਭੂ ਬਾਰਡਰ ਤੇ ਹੀ ਉਹਨਾਂ ਦੇ ਵੱਲੋਂ ਜੋ ਮੋਰਚਾ ਹੈ ਪੱਕੇ ਤੌਰ ਤੇ ਲਗਾ ਦਿੱਤਾ ਗਿਆ ਹੈ। ਤੇ ਹੁਣ ਵੇਖਣਾ ਹੋਏਗਾ ਕਿ ਡੈਲੀਗੇਸ਼ਨ ਦੇ ਕਿੰਨੇ ਜੋ ਮੈਂਬਰਸ ਨੇ ਕਿਸਾਨ ਦੇ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਦੇ ਨੇ। ਹਾਲਾਂਕਿ 12 ਵਜੇ ਕਿਹਾ ਜਾ ਰਿਹਾ ਹੈ ਕਿ ਪਾਰਲੀਮੈਂਟ 'ਚ ਆ ਬੈਠਕ ਹੋਏਗੀ, ਮੁਲਾਕਾਤ ਹੋਏਗੀ। MSP ਸਣੇ ਹੋਰ ਮੰਗਾਂ ਤੇ ਪ੍ਰਾਈਵੇਟ ਬਿੱਲ ਲਿਆਉਣ ਦੀ ਚਰਚਾ ਜੋ ਹੈ ਮੰਗ ਜੋ ਹੈ ਇਸ ਮੀਟਿੰਗ 'ਚ ਕੀਤੀ ਜਾਏਗੀ। ਤੇ ਅੱਜ ਕਿਸਾਨਾਂ ਦੀ ਰਾਹੁਲ ਗਾਂਧੀ ਨਾਲ ਮੀਟਿੰਗ ਹੋ ਸਕਦੀ ਹੈ। ਦੱਸ ਦੇ ਕਿ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਦਾ ਵਫਦ ਜੋ ਹੈ ਰਾਹੁਲ ਗਾਂਧੀ ਨਾਲ ਮੁਲਾਕਾਤ ਕਰੇਗਾ।
MSP ਸਣੇ ਹੋਰ ਮੰਗਾਂ ਤੇ ਪ੍ਰਾਈਵੇਟ ਬਿੱਲ ਲਿਆਉਣ ਦੀ ਜੋ ਮੰਗ ਹੈ ਉਹ ਕਿਸਾਨ ਆਗੂਆਂ ਦੇ ਵੱਲੋਂ ਕੀਤੀ ਜਾਏਗੀ, ਕਿਉਂਕਿ ਲੰਬੇ ਸਮੇਂ ਤੋਂ ਜੋ ਆ ਮੰਗਾਂ ਨੇ ਉਹ ਪੈਂਡਿੰਗ ਨੇ। ਹਾਲਾਂਕਿ ਕੱਲ੍ਹ ਜੋ ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਦੇਸ਼ ਦਾ ਬਜਟ ਪੇਸ਼ ਕੀਤਾ ਗਿਆ, ਪਰ ਜੋ ਕਿਸਾਨ ਨੇ ਦੇਸ਼ ਦੇ ਉਹ ਇਸ ਬਜਟ ਤੋਂ ਕਿਤਨਾ ਕਿਤੇ ਨਾਖੁਸ਼ ਵੀ ਦੇਖਦੇ ਹੋਏ ਨਜ਼ਰ ਆਏ। ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਤਾਂ ਇੱਥੇ ਤੱਕ ਕਹਿ ਦਿੱਤਾ ਗਿਆ ਹੈ ਕਿ ਅੱਜ ਜੋ ਬਜਟ ਦਿੱਤਾ ਗਿਆ ਹੈ ਉਹ ਕਿਸਾਨ ਵਿਰੋਧੀ, ਅਤੇ ਅੱਜ ਵੇਖਣਾ ਹੋਏਗਾ ਕਿ ਅਮਲਾ ਪ੍ਰਾਈਵੇਟ ਬਿੱਲ ਲਿਆਉਣ ਦੀ ਮੰਗ ਜੋ ਹੈ ਇਸ ਮੀਟਿੰਗ 'ਚ ਕੀਤੀ ਜਾਏਗੀ। MSP ਸਣੇ ਕਈ ਜੋ ਤਮਾਮ ਡਿਮਾਂਡਸ ਨੇ ਕਿਸਾਨਾਂ ਦੇ ਵੱਲੋਂ ਉਹਨਾਂ ਦੀ ਵੀ ਚਰਚਾ ਗੱਲਬਾਤ ਕੀਤੀ ਜਾਏਗੀ। ਬਿਲਕੁਲ, ਇਜਲਾਸ ਲਗਾਤਾਰ ਜਾਰੀ ਹੈ। ਕੱਲ੍ਹ ਦੇਸ਼ ਦਾ ਬਜਟ ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਪੇਸ਼ ਕੀਤਾ ਗਿਆ। ਅੱਜ ਤੀਜਾ ਦਿਨ ਹੈ, ਬਜਟ 'ਤੇ ਵੀ ਚਰਚਾ ਕੀਤੀ ਜਾਣੀ। ਹਾਲਾਂਕਿ ਕਿਸਾਨਾਂ ਨੂੰ ਬੜੀਆਂ ਉਮੀਦਾਂ ਸੀ ਕਿ ਕਿਸਾਨਾਂ ਦੇ ਵੱਲੋਂ ਕੋਈ ਵੱਡੇ ਐਲਾਨ ਇਸ ਜੋ ਹੈ ਬਜਾਂਗੇ ਦਿਖਾਈ ਦਿੱਤੇ, ਅਤੇ ਹੁਣ ਅੱਜ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਨਾਲ ਕਿਸਾਨਾਂ ਦਾ ਇੱਕ ਵਫਦ ਜੋ ਹੈ ਮੀਟਿੰਗ ਕਰਨ ਜਾ ਰਿਹਾ ਹੈ। ਕਿਹਾ ਤਕਰੀਬਨ 12 ਵਜੇ ਮੀਟਿੰਗ। ਅੱਗੇ ਵਧਣ ਤੇ ਗੱਲ ਕਰਾਂਗੇ ਜੰਮੂ ਕਸ਼ਮੀਰ ਦੀ। ਜੰਮੂ ਕਸ਼ਮੀਰ ਦੇ ਕੁਪਵਾੜਾ 'ਚ ਇੱਕ ਆਤਵਾਦੀ ਨੂੰ ਸੁਰੱਖਿਆ ਬਲਾਂ ਦੇ ਵੱਲੋਂ ਢੇਰ ਕੀਤਾ ਗਿਆ ਹੈ। ਸੁਰੱਖਿਆ ਬਲਾਂ ਨੇ ਇੱਕ ਦਹਿਸ਼ਤਗਰਦ ਨੂੰ ਮਾਰ ਮੁਕਾਇਆ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਾ ਪਾਇਆ ਹੋਇਆ ਹੈ। ਦੱਸ ਦੇ ਕਿ ਪੂਰੇ ਇਲਾਕੇ 'ਚ ਤਲਾਸ਼ੀ ਅਭਿਆਨ ਲਗਾਤਾਰ ਜਾਰੀ ਹੈ। ਮੁਠਭੇੜ ਸੈਨਾ ਦਾ ਇੱਕ ਨੋਨ ਕਮਿਸ਼ਨ ਆਫਿਸਰ ਵੀ ਜ਼ਖਮੀ ਹੋਇਆ। ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਕੋਵਟ ਇਲਾਕੇ 'ਚ ਅੱਜ ਬੁੱਧਵਾਰ ਨੂੰ ਯਾਨੀ ਕਿ ਭਾਰਤੀ ਫੌਜ ਅਤੇ ਆਤਵਾਦੀ ਵਿਚਾਲੇ ਮੁਕਾਬਲਾ ਹੋਇਆ। ਫੌਜ ਦੇ ਜਵਾਨਾਂ ਨੇ ਇੱਕ ਆਤਵਾਦੀ ਨੂੰ ਮਾਰ ਦਿੱਤਾ ਹੈ। ਕੁਪਵਾੜਾ ਵਿੱਚ ਹੋਏ ਇਸ ਮੁਕਾਬਲੇ ਵਿੱਚ ਫੌਜ ਦਾ ਇੱਕ ਜਵਾਨ ਵੀ ਜ਼ਖਮੀ ਹੋਇਆ ਹੈ। ਫਿਲਹਾਲ ਆਪਰੇਸ਼ਨ ਲਗਾਤਾਰ ਜਾਰੀ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਜੰਮੂ ਕਸ਼ਮੀਰ ਦੇ ਕਿਸੇ ਨਾ ਕਿਸੇ ਜ਼ਿਲ੍ਹੇ 'ਚ ਲਗਾਤਾਰ ਹਰ ਰੋਜ਼ ਸੁਰੱਖਿਆ ਬਲਾਂ ਅਤੇ ਆਤਵਾਦੀਆਂ ਵਿਚਾਲੇ ਮੁੱਠਭੇੜ ਹੋ ਰਹੀ ਹੈ। ਫੌਜ ਦੇ LOC ਅਤੇ ਘੁਸਪੈਠ ਦੀਆਂ ਕਈ ਕੋਸ਼ਿਸ਼ਾਂ ਨੂੰ ਵੀ ਨਾਕਾਮ ਜੋ ਹੈ ਉਹ ਕੀਤਾ ਗਿਆ। ਅੱਜ ਸੁਰੱਖਿਆ ਬਲਾਂ ਅਤੇ ਆਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਇੱਕ ਦਹਿਸ਼ਤਗਰਦੀ ਨੂੰ ਮਾਰ ਮੁਕਾਇਆ ਵੀ ਗਿਆ ਹੈ। ਦੱਸ ਦੇ ਕਿ ਇਸ ਦੌਰਾਨ ਆਤਵਾਦੀਆਂ ਨਾਲ ਆਹਮੋ ਸਾਹਮਣੇ ਹੋਏ ਨੇ ਦੇਸ਼ ਦੇ ਜਵਾਨ, ਜਿਸ ਤੋਂ ਬਾਅਦ ਜ਼ਿਲ੍ਹੇ ਦੇ ਲੋਲਾਬ ਇਲਾਕੇ 'ਚ ਮੁਕਾਬਲਾ ਸ਼ੁਰੂ ਹੋ ਗਿਆ। ਕਮਿਸ਼ਨ ਡਿਵੀਜ਼ਨ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਸੁਰੱਖਿਆ ਬਲਾਂ ਨੂੰ ਕੁਪਵਾੜਾ ਦੇ ਲੋਲਾਬ ਵਿੱਚ ਤ੍ਰਿਮਖਾ ਟੌਪ ਨੇੜੇ ਆਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ। लोलाब इलाके में जारी ऑपरेशन में एक मिलिटेंट के मारे जाने की खबर है। यह ऑपरेशन कल शाम उस वक्त शुरू हुआ था जब सुरक्षा बलों को मालूम चला था कि इस फॉरेस्ट एरिया में मिलिटेंट छुपे हुए हैं। फॉरन कॉर्डन सर्च ऑपरेशन लॉन्च किया गया और उसके बाद कॉन्टैक्ट एस्टैब्लिश हुआ, यानी दोनों तरफ से फायरिंग का सिलसिला शुरू हुआ। रात भर फायरिंग का सिलसिला रुक रुक के जारी रहा और सुबह जब रोशनी आई, फर्स्ट लाइट आई, तो ऑपरेशन को बड़े पैमाने पर शुरू किया गया। और अभी खबर आ रही है कि इस ऑपरेशन में एक मिलिटेंट मारा गया, लेकिन ऑपरेशन लगातार जारी है क्योंकि ये जो बड़ा फॉरेस्ट एरिया है इसमें कहां कहां पे मिलिटेंट छुपे हैं वो कह पाना मुश्किल है, लेकिन जगह जगह पे इस पीर पंचाल फॉरेस्ट रेंज में ऑपरेशन चलाए जा रहे हैं। फिलहाल लोलाब के ऑपरेशन की खबर यह है कि इस ऑपरेशन में एक मिलिटेंट मारा गया है। ਅੱਗੇ ਵਧਣ ਤੇ ਗੱਲ ਕਰਾਂਗੇ ਪਠਾਨਕੋਟ ਦੀ। ਪਠਾਨਕੋਟ 'ਚ ਮੁੜ ਵੇਖੇ ਗਏ ਨੇ ਸ਼ੱਕੀ। ਦੱਸ ਕੇ ਪਠਾਨਕੋਟ ਦੇ ਪਿੰਡ ਫੰਗਤੋਲੀ ਨੇੜੇ 7 ਸ਼ੱਕੀਆਂ ਨੂੰ ਵੇਖਿਆ ਗਿਆ ਹੈ। ਪਿੰਡ ਦੇ ਹੀ ਘਰ 'ਚ ਵੜ ਕੇ ਔਰਤ ਤੋਂ ਇਹਨਾਂ ਸ਼ੱਕੀਆਂ ਦੇ ਵੱਲੋਂ ਪਾਣੀ ਮੰਗਿਆ ਗਿਆ। ਸੁਰੱਖਿਆ ਏਜੰਸੀਆਂ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਆਲੇ ਦੁਆਲੇ ਦੇ ਪਿੰਡਾਂ ਦੀ ਚੈਕਿੰਗ ਵੀ ਸੁਰੱਖਿਆ ਬਲਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਥਾਂ ਥਾਂ 'ਤੇ ਜੋ ਪੁਲਿਸ ਹੈ ਉਹ ਤੈਨਾਤ ਕਰ ਦਿੱਤੀ ਗਈ ਹੈ ਅਤੇ ਨੇੜਲੇ ਪਿੰਡਾਂ 'ਚ ਸਰਚ ਆਪਰੇਸ਼ਨ ਪੁਲਿਸ ਦੇ ਵੱਲੋਂ ਚਲਾਇਆ ਜਾ ਰਿਹਾ ਹੈ। ਦੱਸ ਕੇ ਪਠਾਨਕੋਟ ਸ਼ੱਕੀਆਂ ਦੇ ਦਿਖਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਕੁਝ ਦਿਨ ਪਹਿਲੇ ਵੀ 3 ਸ਼ੱਕੀ ਦੇਖੇ ਗਏ ਸੀ ਜਦੋਂ ਕਿ ਫਾਰਮ ਹਾਊਸ ਦੇ ਅੰਦਰ ਵੜ ਕੇ ਉਹਨਾਂ ਦੇ ਵੱਲੋਂ ਖਾਣਾ ਵੀ ਖਾਧਾ ਗਿਆ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ 7 ਸ਼ੱਕੀਆਂ ਨੂੰ ਵੇਖਿਆ ਗਿਆ ਹੈ। ਇੱਕ ਪਿੰਡ 'ਚ ਹੀ ਔਰਤ ਦੇ ਕੋਲ ਜਾ ਕੇ ਘਰ 'ਚ ਵੜ ਕੇ ਉਹਨਾਂ ਦੇ ਵੱਲੋਂ ਪਾਣੀ ਮੰਗਿਆ।
ਪਠਾਨਕੋਟ ਜੋ ਕਿ ਇਹਨਾਂ ਅਧੀਨੀ ਸ਼ੱਕੀ ਲੋਕਾਂ ਦੇ ਵੇਖੇ ਜਾਣ ਦੇ ਨਾਲ ਸੁਰਖੀਆਂ ਦੇ ਵਿੱਚ ਵੇਖਿਆ ਜਾ ਸਕਦਾ। ਮੇਰੇ ਪਿੱਛੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਇੱਕ ਵਾਰ ਮੁੜ ਜ਼ਿਲ੍ਹੇ ਦੇ ਪਿੰਡ ਫੰਤੋਲੀ ਵਿਖੇ 7 ਸ਼ੱਕੀ ਵੇਖੇ ਜਾਣ ਦੀ ਖਬਰ ਸਾਹਮਣੇ ਆ ਰਹੀ ਆ। ਦੱਸਿਆ ਜਾ ਰਿਹਾ ਕਿ ਬੀਤੀ ਸ਼ਾਮ ਕਰੀਬ 7 ਵਜੇ ਦੇ ਕਰੀਬ ਪਿੰਡ ਫੰਤੋਲੀ ਵਿਖੇ 7 ਸ਼ੱਕੀ ਅੰਸਰਾਂ ਵੱਲੋਂ ਇੱਕ ਘਰ ਦੇ ਵਿੱਚ ਦਾਖਲ ਹੋਇਆ ਗਿਆ ਅਤੇ ਉੱਥੇ ਜਾ ਕੇ ਜਿਹੜਾ ਉਹ ਪਾਣੀ ਪੀਤਾ ਗਿਆ। ਬਹਿਰਹਾਲ ਸਾਡੇ ਨਾਲ ਉਹ ਸ਼ਖਸ ਵੀ ਜੁੜੇ ਨੇ ਜਿਹਨਾਂ ਕੋਲੋਂ ਪਾਣੀ ਪੀਤਾ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੋਂ ਜਾਣਦੇ ਹਾਂ ਕਿ ਆਖਿਰ ਕੱਲ੍ਹ ਹੋਇਆ ਕੀ ਸੀਗਾ। ਮੈਡਮ ਕੀ ਗੱਲਬਾਤ ਹੋਈ ਕੱਲ੍ਹ ਸ਼ਾਮ ਦੀ, ਕਿਸ ਵੇਲੇ ਦੀ ਘਟਨਾ, ਕਿੰਨੇ ਲੋਕ ਸੀਗੇ, ਕੀ ਹੋਇਆ? 7:15 ਵਜੇ ਦਾ ਟਾਈਮ ਆ, ਆਏ ਮੇਰੇ ਪਿੱਛੋਂ ਪਿੱਛੋਂ ਹੀ, ਉਹ ਮੈਨੂੰ ਬੋਲਦੇ ਭੈਣ ਜੀ ਪਾਣੀ ਪੀਣਾ ਆ, ਮੈਂ ਪਾਣੀ ਪਲਾ ਦਿੱਤਾ। ਫਿਰ ਉਹ ਮੈਨੂੰ ਪਾਣੀ ਲੈਣ ਅੰਦਰ ਚੱਲ ਗਏ, ਮੈਨੂੰ ਬੋਲਦੇ ਕਿ ਮਿਕਸ ਕਰ ਦਿਓ, ਮੈਂ ਮਿਕਸ ਬਾਲਟੀ 'ਚ ਲਿਆਂਦਾ, ਮੈਂ ਗਲਾਸ ਲਏ ਅਤੇ ਟੇ 'ਚ ਪਾਈ ਦਿੱਤੇ ਇਹਨਾਂ ਨੂੰ, ਇਹ ਮੇਰੇ ਪਿੱਛੇ ਹੀ ਆ ਗਏ, ਮੈਂ ਟੈਂਕੀ ਲੱਗੇ ਖੜੀ ਨਾ, ਇਹ ਮੇਰੇ ਪਿੱਛੇ ਪਿੱਛੇ ਆ ਗਏ, ਆਈਏ ਅਤੇ ਫਿਰ ਮੇਰੇ ਦਰਵਾਜ਼ੇ ਲੱਗੇ ਖੜੋ ਗਏ। ਮੈਂ ਉਹਨਾਂ ਨੂੰ ਫਿਰ ਟੇ 'ਚ ਪਾਣੀ ਪਾਈ ਦਿੱਤੀ, ਗੱਲਾਂ ਬਾਤਾਂ ਉਹਨਾਂ ਮੇਰੇ ਨਾਲ ਸ਼ੇਅਰ ਕੀਤੀਆਂ, ਉਹਨਾਂ ਮੈਨੂੰ ਬੋਲਦੇ ਕਿ ਤੁਹਾਡੇ ਘਰ ਵਾਲੇ ਕੀ ਕਰਦੇ। ਮੈਂ ਉਹਨਾਂ ਨੇ ਬੋਲਿਆ ਕਿ ਮੇਰੇ ਘਰ ਵਾਲੇ ਦਿਹਾੜੀ ਤੋਂ ਪਏ ਆ। ਫਿਰ ਬੋਲਦੇ ਤੁਹਾਡੇ ਬੱਚੇ ਕਿੰਨੇ, ਮੈਂ ਬੱਚੇ ਮੇਰੇ 2। ਫਿਰ ਬੋਲਦੇ ਕਿ ਅੱਛਾ, ਫਿਰ ਬੋਲਦੇ ਤੁਹਾਡੇ ਕੰਮ ਕੀ ਕਰਦੇ ਆ ਬੱਚੇ, ਮੈਂ ਉਹ ਘਰ ਹੀ ਨਾ, ਪਰ ਇਹ ਪੜ੍ਹੇ ਕਰਦੇ ਆ ਬੱਚੇ ਛੋਟੇ ਆ। ਕਹਿੰਦਾ ਅੱਛਾ। ਫਿਰ ਮੈਨੂੰ ਬੋਲਦੇ ਕਿ ਘਰ ਤੁਹਾਡਾ ਇਕੱਲਾ ਹੀ ਆ? ਮੈਂ ਆਖਿਆ ਨਹੀਂ, ਘਰ ਸਾਡਾ ਇਕੱਲਾ ਨਹੀਂ ਹੈ, ਸਾਡੇ ਘਰ ਵੀ ਉਹ ਹੈ ਵੀ 2-3 ਘਰ ਹੈਗਾ ਸਾਡੇ। ਸਾਨੂੰ ਇੰਨਾ ਕਿ ਸਾਨੂੰ ਡਰ, ਮੈਨੂੰ ਰਾਤ ਦਿਨ ਮੈਂ ਇਕੱਲੀ ਕਈ ਵੇਲੇ ਰਹਿਣਾ ਪੈਂਦਾ ਆ, ਕਈ ਵੇਲੇ ਕੰਮ ਤੇ ਚੱਲ ਜਾਂਦੇ ਆ ਤੇ ਮੈਂ ਇਕੱਲੀ ਰਹਿੰਦੀ ਪਿੱਛੇ। ਹਲੋ, ਕਿੰਨੇ ਲੋਕ ਸੀਗੇ ਤੇ ਕਿਸ ਤਰ੍ਹਾਂ ਤੁਹਾਨੂੰ ਸ਼ੱਕ ਕਿੱਦਾਂ ਪਿਆ? ਸ਼ੱਕ ਮੈਨੂੰ ਤਾਂ ਪਿਆ ਕਿ ਉਹਨਾਂ ਦੀ ਦਾੜੇ ਦੂੜੇ ਦਿਖੇ, ਨਾਲੇ ਉਹਨਾਂ ਦਾ ਰੰਗ ਰੂਪ ਮੈਨੂੰ ਨਹੀਂ ਠੀਕ ਲੱਗਾ, ਉਹਨਾਂ ਦਾ ਰੂਪ ਮੈਨੂੰ ਡੋਮਾ ਜਿਹਾ ਲੱਗੇ ਕਰਦਾ, ਗੱਲਾਂ ਨਾਲੇ ਉਦਾਂ ਕਰਿਆ ਕਰਦੇ ਜਿੰਨਾ ਪੈਗ ਸ਼ੈਗ ਲਾਏ ਦੇ ਹੁੰਦੇ, ਨਸ਼ੇ ਕੀਤੇ ਦੇ ਹੁੰਦੇ ਹੋਣਾ ਮੈਨੂੰ। ਤੇ ਕਿਸ ਤਰ੍ਹਾਂ ਦੇ ਉਹਨੇ ਕੱਪੜੇ ਪਾਏ ਦੇ ਸੀਗੇ, ਕੋਈ ਹਥਿਆਰ ਵਗੈਰਾ ਦੇਖਿਓ ਉਹਨਾਂ ਕੋਲ? ਉਹਨਾਂ ਦੇ ਚੁੱਕੇ ਸੀ ਬੈਗ ਵੱਡੇ ਵੱਡੇ, ਇਹਨਾਂ ਨੂੰ ਮੈਨੂੰ ਪਤਾ ਵੀ ਹੈ ਕਿ ਇਹ ਚੀਜ਼ ਵਿੱਚ ਪਾਈ ਦੀ, ਪਰ ਮੈਂ ਇਹਨਾਂ ਨੇ ਕੱਪੜੇ ਦੇਖੇ ਗੰਦੇ, ਬਿਲਕੁਲ ਗੰਦੇ ਸੀ ਉਹਨਾਂ ਦੇ, ਇਹ ਬੂਟ ਬਾਟ ਮੈਂ ਨਹੀਂ ਦੇਖੇ ਵੀ ਕੀ ਪਾਇਆ ਦਾ ਕੀ ਨਹੀਂ ਪਾਇਆ ਦਾ, ਇੰਨਾ ਮੈਂ ਬੈਗ ਦੇਖੇ ਉਹਨਾਂ ਦੇ, ਬਸ ਇੰਨੀਆਂ ਗੱਲਾਂ ਮੇਰੇ ਨਾਲ ਕਰੀਏ। ਉਸ ਤੋਂ ਬਾਅਦ ਚਲ ਗਏ, ਮੈਂ ਇੰਨੀ ਗੱਲ ਵੀ ਬੋਲੀ, ਭਾਅ ਜੀ ਉੱਪਰ ਕੱਖ ਵੀ ਨਹੀਂ ਹੈ, ਤੁਸੀਂ ਕੈਸੇ ਜਾ? ਫਿਰ ਮੈਨੂੰ ਬੋਲਦੇ ਕਿ ਸਾਨੂੰ ਕੰਮ ਹੈ, ਉਹਨਾਂ ਰੋਹਬ ਨਾਲ ਤੁਹਾਨੂੰ ਬੋਲਿਆ ਵੀ ਖਾਣ ਨੂੰ ਕੰਮ ਹੈ। ਫਿਰ ਉਹ ਪਿੱਛੇ ਮੁੜ ਮੁੜ ਕੇ ਮੈਨੂੰ ਦੇਖੇ ਕਰਦੇ ਕਿ ਕਿਤੇ ਰੋਲਾ ਤਾਂ ਨਹੀਂ ਪਾਏ ਕਰਦੀ ਹੈ। ਫਿਰ ਮੈਂ ਉਸ ਤੋਂ ਬਾਅਦ ਮੈਂ ਚੱਲ ਗਈ ਭਾਅ ਜੀ ਦੇ ਘਰ, ਭਾਅ ਜੀ ਅੱਗੇ ਘਰ ਨਹੀਂ ਹਾਂ, ਫਿਰ ਅੱਗੇ ਨਨਾਣ ਸਾਡੀ ਆਈ ਸੀ, ਫਿਰ ਮੈਂ ਉਹਦੇ ਨਾਲ ਗੱਲ ਕੀਤੀ, ਮੈਂ ਦੀਦੀ ਇੱਦਾਂ ਦਾ ਗੱਲ ਹੋਈ ਹੈ। ਜਦੋਂ ਆਪਾਂ ਇਨੀਸ਼ੀਅਲ ਪੁੱਛਗਿੱਛ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਬੰਦੇ ਕੋਈ ਸ਼ੱਕੀ ਜਾਪਦੇ ਆ ਤੇ ਜੰਗਲ ਵਾਲੀ ਸਾਈਡ ਤੋਂ ਆਏ ਸੀ ਤੇ ਪਾਣੀ ਮੰਗ ਕੇ ਉੱਧਰ ਨੂੰ ਚਲੇ ਗਏ। ਇਹਦੇ ਕਈ ਐਂਗਲ ਹੋ ਸਕਦੇ ਆ, ਕੋਈ ਜੰਗਲ 'ਚ ਵੀ ਕੰਮ ਕਾਰ ਕਰਦਾ ਹੋ ਸਕਦਾ, ਕੋਈ ਉੱਧਰ ਨੂੰ ਆਇਆ ਹੋਵੇ ਪਾਣੀ ਮੰਗਿਆ ਹੋਵੇ, ਜਾਂ ਇਹ ਜਿਸ ਤਰ੍ਹਾਂ ਦੱਸਿਆ ਗਿਆ ਕਿ ਵੀ ਸ਼ੱਕੀ ਬੰਦੇ ਵੀ ਹੋ ਸਕਦੇ ਆ, ਸਾਰੇ ਐਂਗਲ ਆਪਾਂ ਵੇਰੀਫਾਈ ਕਰ ਰਹੇ ਹਾਂ। ਸਵੇਰੇ ਅੱਜ ਉੱਥੇ ਜਿਹੜਾ ਉਹ ਮਿਲਟਰੀ ਅਤੇ ਪੁਲਿਸ ਵੱਲੋਂ ਜੁਆਇੰਟ ਸਰਚ ਕੀਤੀ ਜਾ ਰਹੀ ਹੈ ਇਸ ਏਰੀਏ 'ਚ, ਅਤੇ ਆਪਾਂ ਜਿਹੜਾ ਇਕੱਲਾ ਇਕੱਲਾ ਏਰੀਆ ਉਹ ਸਾਰਾ ਚੈੱਕ ਕਰਾਂਗੇ ਅਤੇ ਇਹਦੇ ਬਾਅਦ ਜਿਹੜੀ ਵੀ ਗੱਲ ਸਾਹਮਣੇ ਆਉਂਦੀ। ਮੇਰੇ ਨਾਲ ਸਹਿਯੋਗੀ ਸੁਖਜਿੰਦਰ ਕੁਮਾਰ ਫੋਨ ਲਾਈਨ 'ਤੇ ਜੁੜੇ ਹੋਏ ਨੇ। ਸੁਖਜਿੰਦਰ, ਇਹਨਾਂ ਸ਼ੱਕੀਆਂ ਦਾ ਕੋਈ ਥੋ ਪਤਾ ਪੁਲਿਸ ਨੂੰ ਚੱਲ ਪਿਆ ਹੈ, ਕੋਈ ਸੀਸੀਟੀਵੀ ਪੁਲਿਸ ਦੇ ਹੱਥ ਲੱਗੀ? ਜੀ ਫਿਲਹਾਲ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ, ਔਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿਸ ਇਲਾਕੇ ਦੀ ਇਹ ਵਾਰਦਾਤ ਆ ਉਸਦੇ ਨੇੜੇ ਜਿਹੜਾ ਕਾਫੀ ਵੱਡੇ ਪੈਮਾਨੇ 'ਤੇ ਜਿਹੜਾ ਉਹ ਆਰਮੀ ਏਰੀਆ ਪੈਂਦਾ, ਸੋ ਇਸ ਲਿਹਾਜ਼ ਨਾਲ ਸੁਰੱਖਿਆ ਨੂੰ ਦੇਖਦੇ ਹੋਏ ਸੁਰੱਖਿਆ ਏਜੰਸੀਆਂ ਵੱਲੋਂ ਸਰਚ ਓਪਰੇਸ਼ਨ ਚਲਾਏ ਜਾ ਰਹੇ ਨੇ। ਇੱਥੋਂ ਤੱਕ ਕਿ ਜਿਹੜੇ ਲਿੰਕ ਰੋਡ ਨੇ ਉਹਦੇ ਉੱਤੇ ਵੀ QRT ਜਾਂ ਗੱਡੀਆਂ ਦੇ ਨਾਲ ਜਿਹੜੇ ਆ ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ ਤਾਂ ਜੋ ਸੁਰੱਖਿਆ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਚੂਕ ਨਾ ਰਹਿ ਜਾਵੇ। ਸੋ ਲਿਹਾਜ਼ਾ ਹਜੇ ਤੱਕ ਸਰਚ ਓਪਰੇਸ਼ਨ ਚੱਲ ਰਹੇ ਨੇ, ਜੋ ਵੀ ਅਪਡੇਟ ਆਏਗੀ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਆਪਣੇ ਦਰਸ਼ਕਾਂ ਨੂੰ ਅਸੀਂ ਦੱਸਦੇ ਰਹਾਂਗੇ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਸੁਖਜਿੰਦਰ ਸਾਨੂੰ ਤਮਾਮ ਜਾਣਕਾਰੀ ਦੇਣ ਲਈ, ਤੇ ਪੁਲਿਸ ਵੱਲੋਂ ਚੱਪੇ ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ, ਪਰ ਹੁਣ ਤੱਕ ਇਹਨਾਂ ਸ਼ੱਕੀਆਂ ਦਾ ਕੋਈ ਥੋ ਪਤਾ ਨਹੀਂ ਚੱਲ ਪਾਇਆ।